वधेरे जानकारी लिए संपर्क करो गौरव गर्ग शेरपुर, मोबाइल 94170-36301 98141-36301 94170-36301 98141-36301। मालवे की पवित्र धरती मस्तुआ साहब जिला संगरूर विखे संत बाबा आतर सिंह जी महाराज मस्तुआ साहब वाले की 92वीं सालाना बरसी बहुत ही श्रद्धा मनाई गई। गुरद्वारा सचखंड अंगीठा साहब दे मुख सेवादार संत बाबा सुरजीत सिंह जी देख रेख हेठ होए समागमां मौके अरंभे पाठां दे भोग पाए गए। देशां विदेशां तों वड्डी गिनती विच संगतां ने हाजरियां भरियां। तुमसे जो अवर संग तोरी, तुमसे जो अवर संग तोरी, अवर संग तोरी, तुमसे जो तुमसे समागमा मौके बख बख कीर्तनी जत्थिया ने लंबा समा कीर्तन कर संगत निहाल कीता। आया तो जगत तर जावे, जगत तर जावे, तन तन आना ओना दादी जिना, आया तो संसार तर जावे, तन तन आना ओना द आया तो तन तन दी आना ओना द तन तन है ओना ओना द संपूर्ण थिया राम सूरज किरण मिले जल का जल हुआ राम सूरज किरण मिले जल का जल हुआ राम ब्रह्म दिस ब्रह्म सुनिए ब्रह्म दिस ब्रह्म सुनिए एक एक बखानिए आत्म पसारा कारण हारा प्रभु बिना नहीं जानिए आत्म पसारा कारण हारा प्रभु बिना नहीं जानिए प्रभु बिना नहीं जानिए सूरज किरण मिले जल का जल हुआ राम सूरज किरण मिले जल का जल हुआ राम ज्योति ज्योति रली ज्योति ज्योति रली संपूर्ण थिया राम। ये स्थान गुरुद्वारा संत बाबा आतर सिंह जी महाराज जी दे
ਸੱਚਖੰਡ ਜਾਣ ਤੋਂ ਬਾਅਦ ਉਹਨਾਂ ਦੀ ਨਿੱਘੀ ਜ਼ਾਤ ਦੇ ਵਿੱਚ ਉਹਨਾਂ ਦੇ ਅੰਗੀਠਾ ਸਾਹਿਬ ਦਾ ਸਥਾਨ ਹੈ, ਜਿਸ ਦੀ ਬਹੁਤ ਲੰਬੀ ਸੇਵਾ ਸੰਤ ਜੀ ਮਹਾਰਾਜ ਤੋਂ ਬਾਅਦ ਚੱਲ ਰਹੀ ਹੈ। ਇਸ ਅਸਥਾਨ ਦੀ ਅੱਜ ਵੀ ਕਾਰ ਸੇਵਾ ਉਸੇ ਤਰ੍ਹਾਂ ਉਹਨਾਂ ਦੇ ਬਹਿੰਗਮ ਸੰਪਰਦਾਏ ਦੇ ਮਹਾਂਪੁਰਸ਼ ਸੰਤ ਬਾਬਾ ਸੁਰਜੀਤ ਸਿੰਘ ਜੀ, ਸੰਤ ਬਾਬਾ ਦਰਸ਼ਨ ਸਿੰਘ ਜੀ ਚਲਾ ਰਹੇ ਨੇ। ਇਹ ਅਸਥਾਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇ ਵੱਲ ਨੂੰ ਜਾ ਰਿਹਾ ਹੈ। ਇਸ ਅਸਥਾਨ ਦੇ ਵਿੱਚ ਬਹੁਤ ਸਾਰਾ ਇਲਾਕਾ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ। ਪੁੱਜੀਆਂ ਸੰਗਤਾਂ ਲਈ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਤੇ ਸੰਗਤਾਂ ਨੇ ਮੇਲੇ ਵਿੱਚ ਝੂਟਿਆਂ ਦੇ ਝੂਟਿਆਂ ਦਾ ਵੀ ਆਨੰਦ ਮਾਣਿਆ। ਜੋ ਤੁਮ ਚੰਦ ਤੋਂ ਹਮ ਪਏ ਹੈ ਚਕੋਰਾ, ਜੋ ਤੁਮ ਗਿਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ, ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਜੰਗ ਸਿੰਘ ਜੀ ਕੁੱਪਕਾਲਾ ਪ੍ਰਧਾਨ ਸੰਤ ਸੇਵਕ ਜਥਾ, ਭਾਈ ਦਿਦਾਰ ਸਿੰਘ ਜੀ, ਬਾਬਾ ਦਰਸ਼ਨ ਸਿੰਘ ਜੀ ਮੀਤ ਪ੍ਰਧਾਨ, ਜਥੇਦਾਰ ਭਾਈ ਸੁਖਵਿੰਦਰ ਸਿੰਘ ਸੋਨੀ, ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਨੇ ਆਪਣੇ ਵਿਚਾਰ ਰੱਖੇ। ਧੰਨ ਧੰਨ 20ਵੀਂ ਸਦੀ ਦੇ ਅਵਤਾਰ ਸ੍ਰੀ ਮਾਨ 111 ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ 92ਵੀਂ ਬਰਸੀ ਦੇ ਸੰਬੰਧ ਦੇ ਵਿੱਚ ਅੱਜ ਬਹੁਤ ਇਲਾਕਾ ਨਿਵਾਸੀਆਂ ਵੱਲੋਂ ਜੋ ਸਵਾਗਤ ਮਨਾਇਆ ਜਾ ਰਿਹਾ, ਇਹ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੀ ਯਾਦਗਿਰੀ ਦੇ ਵਿੱਚ ਮਨਾਇਆ ਜਾ ਰਿਹਾ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਜਨਮ 1866 ਈਸਵੀ ਨੂੰ ਚੀਮਾ ਨਗਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋਇਆ। ਸੰਤ ਮਹਾਰਾਜ ਜੀ ਜਨਮ ਤੋਂ ਹੀ ਲੈ ਕੇ ਸਾਧੂ ਸੁਭਾਅ ਦੇ ਸਨ। 5 ਸਾਲ ਦੀ ਉਮਰ ਤੋਂ ਲੈ ਕੇ ਸੰਤ ਮਹਾਰਾਜ ਜੀ ਚੀਮਾ ਨਗਰ ਤੋਂ 40 ਕੋਹ 'ਤੇ ਨਾਨਕੀਆਂਵਾਲਾ ਸਾਹਿਬ ਤੁਰ ਕੇ ਇਕੱਲਿਆਂ ਨੇ ਆਉਣਾ, ਇਹ ਪ੍ਰਤੱਖ ਸਾਧੂਆਂ ਦੀ ਪਹਿਲਾਂ ਨਿਸ਼ਾਨੀ ਸੀ। ਸੰਤ ਮਹਾਰਾਜ ਜੀ ਬਚਪਨ ਤੋਂ ਲੈ ਕੇ ਆਪਦੇ ਹਾਣੀਆਂ ਦੇ ਵਿੱਚ ਉਸ ਤਰ੍ਹਾਂ ਦੇ ਗੁਰਬਾਣੀ ਪੜ੍ਹਾਉਣੀ, ਉਹਨਾਂ ਨੂੰ ਨਾਮ ਜਪਾਉਣਾ ਅਤੇ ਆਸਣ ਲਾਉਣ ਵਰਗੀਆਂ ਉਦਾਹਰਨਾਂ ਸੰਤ ਮਹਾਰਾਜ ਦੀਆਂ ਨੇ। ਬਚਪਨ ਤੋਂ ਬਾਅਦ ਸੰਤ ਜੀ ਮਹਾਰਾਜ ਫੌਜ ਦੇ ਵਿੱਚ ਚਾਲੇ ਪਾਏ, ਫੌਜ ਦੇ ਵਿੱਚ ਵੀ ਬਹੁਤ ਵੱਡੀਆਂ ਉਦਾਹਰਨਾਂ ਨੇ। ਇੱਕ ਪਾਸੇ ਸੰਤ ਮਹਾਰਾਜ ਨੇ ਡਿਊਟੀ 'ਤੇ ਬੈਠ ਜਾਣਾ, ਦੂਜੇ ਪਾਸੇ ਨਾਮ ਸਿਮਰਨ ਦਾ ਚੌਂਕੜਾ ਵੱਜਿਆ ਦਿਸ ਲੈਣਾ। ਸੰਤ ਬਾਬਾ ਅਤਰ ਸਿੰਘ ਮਹਾਰਾਜ ਪਹਿਲਾਂ ਤੋਂ ਬ੍ਰਹਮ ਗਿਆਨੀ ਦੀ ਅਵਸਥਾ ਦੇ ਵਿੱਚ, ਜਨਮ ਤੋਂ ਲੈ ਕੇ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਸਾਧੂ ਸਨ। ਉਸ ਤੋਂ ਬਾਅਦ ਫੌਜ ਦੀ ਨੌਕਰੀ ਤੋਂ ਬਾਅਦ ਵੀ ਸੰਤ ਮਹਾਰਾਜ ਨੇ ਤਿਆਗ ਕਰਤੀ ਕਿ ਹੁਣ ਤਾਂ ਕੁਦਰਤ ਦੀ ਨੌਕਰੀ ਕਰਨੀ ਆ, ਉਸ ਪਰਮਾਤਮਾ ਦੀ ਨੌਕਰੀ ਕਰਨੀ ਆ। ਉਸ ਵਾਸਤੇ ਫੌਜ ਦੇ ਵਿੱਚੋਂ ਚਾਲੇ ਪਾ ਕੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਾ ਕੇ ਸੰਤ ਮਹਾਰਾਜ ਜੀ ਨੇ ਸਿਮਰਨ ਸ਼ੁਰੂ ਕੀਤਾ। ਉੱਥੇ ਲੰਬਾ ਸਮਾਂ ਜਦੋਂ ਸਿਮਰਨ ਕੀਤਾ ਤਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆ ਕੇ ਬਚਨ ਕੀਤਾ ਕਿ ਸਿੰਘਾ ਤੂੰ ਜਾ, ਹੁਣ ਤੈਂ ਜਾ ਕੇ ਜਿਹੜੀ ਇਹ ਬਾਣੀ ਦਾ ਬੂਟਾ, ਅੰਮ੍ਰਿਤ ਦਾ ਬੂਟਾ ਪੰਜਾਬ ਦੇ ਵਿੱਚ ਜਾ ਕੇ ਹਿੰਦੁਸਤਾਨ ਦੇ ਵਿੱਚ ਲਾਉਣਾ ਹੈ, ਅਤੇ ਹੁਣ ਤੇਰੀ ਸਿਮਰਨ ਅਤੇ ਭਗਤੀ ਇਹ ਜਨਮ ਦੀ ਪੂਰੀ ਹੋ ਗਈ ਹੈ। ਸੰਤ ਮਹਾਰਾਜ ਜੀ ਨੇ ਉੱਥੋਂ ਚਾਲੇ ਪਾ ਕੇ ਹਜ਼ੂਰ ਸਾਹਿਬ ਦੀ ਧਰਤੀ ਤੋਂ ਲੈ ਕੇ ਜਿਵੇਂ ਗੁਰੂ ਨਾਨਕ ਦੇਵ ਜੀ ਸਾਰੀ ਦੁਨੀਆ ਦੇ ਵਿੱਚ ਕੋਨੇ ਕੋਨੇ ਤੋਂ ਜਾ ਕੇ, ਉਸੇ ਤਰ੍ਹਾਂ ਸੰਤ ਮਹਾਰਾਜ ਜੀ ਨੇ ਜਾ ਕੇ ਪਾਕਿਸਤਾਨ ਹਿੰਦੁਸਤਾਨ ਦੀ ਧਰਤੀ 'ਤੇ ਸਿਮਰਨ ਦਾ ਪ੍ਰਵਾਹ ਚਲਾਈ, ਨਾ ਪ੍ਰਾਣੀ ਨੂੰ ਅੰਮ੍ਰਿਤ ਛਕਾਇਆ। ਸਮੁੱਚੀ ਮੈਨੇਜਮੈਂਟ ਵੱਲੋਂ ਮੁੱਖ ਸੇਵਾਦਾਰ ਸੰਤ ਬਾਬਾ ਸੁਰਜੀਤ ਸਿੰਘ ਜੀ, ਬਾਬਾ ਦਰਸ਼ਨ ਸਿੰਘ ਜੀ, ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਸੰਪਰਦਾਏ, ਬਹਿੰਗਮ ਸੰਪਰਦਾਏ ਦੇ ਮੁਖੀ ਸੰਤ ਬਾਬਾ ਜੰਗ ਸਿੰਘ ਜੀ, ਅਤੇ ਇਹਨਾਂ ਸਾਰਿਆਂ ਦੇ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਲੰਗਰ ਵਾਲਿਆਂ ਲੰਗਰ ਵਾਲੀ ਸੰਗਤ ਦਾ, ਹੋਰ ਸਮੁੱਚੇ ਇਲਾਕੇ ਨੇ ਜੋੜ ਮੇਲੇ ਦੇ ਵਿੱਚ ਆਪਣਾ ਯੋਗਦਾਨ ਪਾਇਆ, ਸੋ ਸਮੁੱਚੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ 92ਵੀਂ ਬਰਸੀ ਦੇ ਸੰਬੰਧ ਵਿੱਚ, ਜੋ ਕਿ ਸਾਲਾਨਾ ਜੋੜ ਮੇਲਾ
गुरमत समागम बहुत बद्दी पद्धर दे उपर मस्तवाणा साहिब की धरती ते मनाया जांदा है, जिस दे विच देशां विदेशां तो बेअंत संगत आके हाजरियां भरदियां हन। इस समागम विच साडे बेहंगम जथे दे प्रधान संत बाबा जंग सिंह जी, समूह इलाका निवासी इलाके दे महापुरश और श्रीमान संत बाबा सुरजीत सिंह जी, जो गुरद्वारा अंगीठा साहिब दे साहिब दे मुख सेवादार हन, समूह इलाके दीआं संगतां दे सहयोग नाल इह गुरमत समागम कराया जांदा है। इस गुरमत समागम दा, इस सलाने जोड़ मेले दा मुख भाव यह है कि जे गुरु तो गुरु गोबिंद सिंह जी दी चलाई हुई चाली तो पतत होए लोग ने उन्हां नूं गुरमत नाल जोड़ के अंबर संचार कराया जांदा है। वधेरे जानकारी लई संपर्क करो गौरव गर्ग शेरपुर, मोबाइल 94170-36301 अते 98141-36301, 94170-36301 अते 98141-36301।